साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। धन्नवाद। मोमिया ड्रेन किसानां दे लई बन सकती है आफत। पिछले कई सालां तों किसानां दा हो रिहा नुकसान। ਘੱਗਰ ਦੇ ਵਿੱਚ ਪਾਣੀ ਦੇ ਆਉਣ ਕਾਰਨ ਹੋਣ ਵਾਲੇ ਕਿਸਾਨਾਂ ਦੀਆਂ ਫਸਲਾਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਦੇ ਲਈ ਬਣਾਈ ਗਈ ਮੋਮੀਆ ਡਰੇਨ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਲਈ ਆਫਤ ਬਣ ਸਕਦੀ ਹੈ। ਬਰਸਾਤੀ ਪਾਣੀ ਦੇ ਨਿਕਾਸੀ ਦੇ ਲਈ ਬਣਾਈ ਗਈ ਮੋਮੀਆ ਡਰੇਨ ਦੇ ਵਿੱਚ ਪਾਣੀ ਦਾ ਦਬਾਅ ਵਾਚਣ ਕਾਰਨ ਹਰ ਸਾਲ ਕਿਸਾਨਾਂ ਦੀ ਫਸਲ ਦਾ ਵੱਡਾ ਨੁਕਸਾਨ ਹੁੰਦਾ ਰਿਹਾ ਹੈ। ਭਾਵੇਂ ਡਰੇਨ ਦੀ ਸਫਾਈ ਕਰਕੇ ਕਿਸਾਨਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰੰਤੂ ਡਰੇਨ ਦੇ ਕਿਨਾਰੇ ਮਜ਼ਬੂਤ ਨਾ ਹੋਣ ਕਾਰਨ ਪਾਣੀ ਓਵਰਫਲੋ ਹੋ ਕੇ ਖੇਤਾਂ ਦੇ ਵਿੱਚ ਫੈਲਣ ਕਾਰਨ 2 ਦਰਜਨ ਦੇ ਕਰੀਬ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਦੀ ਭੇਟ ਚੜ ਜਾਂਦੀ ਹੈ। ਮੇਰਾ ਨਾਮ ਹਰਦੀਪ ਸਿੰਘ ਹੈ ਜੀ, ਪਿੰਡ ਰਸੌਲੀ। ਪਿੰਡ ਰਸੌਲੀ ਇਹ ਜਿਹੜੀ ਮੂਵਮੈਂਟ ਡਰੇਨ ਹੈ ਜੀ, ਇਹ ਬਹੁਤ ਲੰਬੀ ਹੈ ਜੀ, ਤਕਰੀਬਨ 30 ਕਿਲੋਮੀਟਰ ਲੰਬੀ ਹੈ ਜੀ। ਸਾਰੇ ਪਿੰਡਾਂ ਦਾ ਪਾਣੀ ਆ ਕੇ ਸਾਡੇ ਇੱਥੇ ਜਿਹੜਾ ਆਊਟਲੈਟ ਬਣਿਆ ਇੱਥੇ ਪੈਂਦਾ ਜੀ ਇਹ ਡਰੇਨ ਦੇ ਜੀ। ਹਾਲਾਂਕਿ ਜਦੋਂ ਕਿ ਸਾਰੇ ਪਿੰਡ ਦੇ ਨਾਲ ਘੱਗਰ ਲੱਗਦਾ ਜੀ, ਵੀ ਜੇ ਇੱਕ ਇਸ ਤਰ੍ਹਾਂ ਡਰੇਨ ਪਿੱਛੇ ਪਾਈ ਜਾਵੇ ਜੀ, ਜਦੋਂ ਘੱਗਰ ਫੁੱਲ ਹੋ ਜਾਂਦਾ ਜੀ, ਇੱਧਰੋਂ ਇਹ ਡਰੇਨ ਭਰ ਕੇ ਜਾਂਦੀ ਹੈ ਜੀ। ਸਾਡੇ ਤਾਂ ਸਾਰੇ ਪਿੰਡ ਦੀ ਫਸਲ ਮਰ ਜਾਂਦੀ ਹੈ ਜੀ। ਇਹ ਤਕਰੀਬਨ 25 ਸਾਲ ਹੋ ਗਏ ਜੀ। ਉਸ ਤੋਂ ਬਾਅਦ ਕੋਈ ਹੱਲ ਨਹੀਂ ਹੋਇਆ ਤਾਂ ਪੱਕਾ ਕੋਈ ਹੱਲ ਨਹੀਂ ਹੋਇਆ ਜੀ।